ਆਵਰੀ ਬੇਦਰ ਤੂੰ ਜਾਣ
ਇਹ ਮੌਤ ਪਰਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇਹ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਚਲਾਏ ਮਾਏ ਮਾਏ ਇਸ ਸੰਸਾਰ ਤੇ ਰੇਤੇ ਯੁੱਗ ਦੇ ਮਾਲਕ ਸ੍ਰੀ ਰਾਮ ਚੰਦਰ ਜੀ ਆਏ, ਉਹਨਾਂ ਨੂੰ ਵੀ ਇਸ ਸੰਸਾਰ ਤੋਂ ਇੱਕ ਦਿਨ ਜਾਣਾ ਪਿਆ ਹੈ। ਰਾਮ ਗਏ ਰਾਵਣ ਗਏ ਜਾਣੋ ਬਹੁ ਪਰਿਵਾਰ, ਰਾਵਣ ਵਰਗੇ ਮਹਾਬਲੀ ਜੋਧੇ ਨੂੰ ਬਹੁਤ ਵੱਡਾ ਪਰਿਵਾਰ ਸੀ ਰਾਵਣ ਦਾ, 1 ਲੱਖ ਪੂਤ 1.25 ਲੱਖ ਨਾਤੀ, ਇਹ ਰਾਵਣ ਕਰ ਦੀਆ ਨਾ ਮਾਤਾ, ਸਾਰਾ ਪਰਿਵਾਰ ਹੀ ਉਸ ਅਕਾਲ ਪੁਰਖ ਦੇ ਹੁਕਮ ਅਨੁਸਾਰ ਆਪੋ ਆਪਣੀ ਵਾਰੀ ਅਨੁਸਾਰ ਇਸ ਸੰਸਾਰ ਨੂੰ ਇੱਕ ਦਿਨ ਛੱਡ ਕੇ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਹਨ, ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇਹ ਸੰਸਾਰ ਇੱਕ ਸੁਪਨੇ ਦੀ। ਬੜੇ ਹੀ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਜੀ ਵਿਸ਼ਵੀ ਆਤਮਾ ਜੋ ਪਿਛਲੇ ਦਿਨੀ ਸਮੂਹ ਪਰਿਵਾਰ ਨੂੰ ਵਿਛੋੜਾ ਦੇ ਗਏ ਹਨ, ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੈ ਸੋ ਕੀਜੇ, ਕਿਉਂਕਿ ਉਸ ਅਕਾਲ ਪੁਰਖ ਦੇ ਸੋ ਭਾਣਾ ਮੰਨੇ ਸਹਿਜੇ ਹਰ ਰਸ ਕੀਜੇ। ਅਸੀਂ ਕਿਸੇ ਦੇ ਕੋਲੋਂ ਕੋਈ ਵਸਤੂ ਉਧਾਰ ਲੈ ਆਈ ਹੈ, ਅਗਲੇ ਦੀ ਮਰਜ਼ੀ ਹੈ ਜਦ ਚਾਹੇ ਮਰਜ਼ੀ ਮੰਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਮੈਂ ਦੁੱਖ ਨਹੀਂ ਮਾਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਮੈਂ ਦੁੱਖ ਨਹੀਂ ਮਾਨੇ, ਸਤਿਗੁਰੂ ਮੈਂ ਪਾਇਆ ਮੇਰਾ ਤੂੰ।
ਸਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ, ਸੰਸਾਰ ਦੀ ਯਾਤਰਾ ਕਰਦਿਆਂ ਹੋਇਆ, ਪਿਛਲੇ ਦਿਨੀ ਪਰਲੋ ਗਮਨ ਕੀਤਾ ਹੈ। ਪਿਛੋਂ ਉਹਨਾਂ ਦੇ ਸਮੂਹ ਪਰਿਵਾਰ ਨੇ ਇਕੱਤਰ ਹੋ ਕਰਕੇ ਜਗਜੀਤ ਸਿੰਘ ਜੀ ਦੀ ਆਤਮ ਸ਼ਾਂਤੀ ਕਲਿਆਣਤਾ ਵਾਸਤੇ ਆਪਣੇ ਗ੍ਰਹਿ ਵਿਖੇ ਆਸ਼ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਉਹ ਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਦੀਵਾਨ ਸਜਾਏ ਗਏ ਹਨ। ਸਜਿਆ ਦੀਵਾਨਾਂ ਦੇ ਵਿੱਚ ਰੱਬੀ ਬਾਣੀ ਦੇ ਕੀਰਤਨ ਹੋਏ ਹਨ। ਸ਼ਿਵ ਚੰਪੀ ਜੀ ਕੀ ਅਰਦਾਸ, ਆਨੰਦ ਸਾਹਿਬ ਜੀ ਕੀ ਅਰਦਾਸ, ਬਾਣੀ ਬੜੀ ਸੁਣੀ ਸੱਚਖੰਡ ਪ੍ਰਵਾਨ ਕਰਨੀ, ਲੇਖੇ ਲਾਉਣੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੋਂ ਵਾਸਤੇ ਸਮਰਥ ਬਖਸ਼ਣੀ, ਬਾਣੀ ਪੜ੍ਹਨ ਸੁਣਨ ਦਾ ਮਹੱਤਵ, ਉਸ ਵਿਛੜੀ ਹੋਈ ਆਤਮਾ ਨੂੰ ਜਗਜੀਤ ਸਿੰਘ ਜੀ ਦੀ ਆਤਮਾ ਨੂੰ ਬਖਸ਼ਿਸ਼ ਕਰਨਾ, ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ ਵਿਚਰਦਿਆਂ ਹੋਇਆਂ ਜਾਣੇ ਜਾਣੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਨੇ ਅਣਜਾਣ ਸੰਤ ਖਿਮਾ ਕਰਨੀ, ਸਮੂਹ ਸਾਧ ਸੰਗਤ ਵੱਲੋਂ ਬੇਨਤੀ ਹੈ, ਆਪ ਕੀ ਬਾਤ ਬਖਸ਼ ਬੰਦੇ ਕੋ ਬਹੁਰ ਨਾ ਭੋਜਨ ਫੇਰਾ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਨੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਉਹਨਾਂ ਦੀ ਯਾਦ ਦੇ ਵਿੱਚ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ 2 ਏਸੀ ਦੀ ਸੇਵਾ ਕੀਤੀ ਗਈ ਹੈ, 15 ਕਮਲਾਂ ਦੀ ਸੇਵਾ ਕੀਤੀ ਹੈ ਔਰ ਬਸਤਰਾਂ ਦੀ ਸੇਵਾ ਕੀਤੀ ਹੈ। ਕੀਮਤੀ ਸੇਵਾ ਪ੍ਰਵਾਨ ਕਰਨੀ, ਸੇਵਕ ਪਰਿਵਾਰ ਨੂੰ ਭਾਣਾ ਮੰਡਲਾ ਪ੍ਰਦੂਸ਼ਿਤ ਕਰਨਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ ਕਰਨੀਆਂ, ਬਖਸ਼ੀਆਂ ਦਾਤ ਜੋ ਉਲਾਸ ਮਾਇਆ ਦਾਸ ਜਾਨੀ ਗੁਰੂ ਕਰਨੀ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਦਰ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸੰਗਤਾਂ ਦੀ ਪੜ੍ਹੀ ਸੁਣੀ ਬਾਣੀ ਸੱਚ ਖੰਡ ਕੇ ਪ੍ਰਵਾਨ ਕਰਨੀ, ਸੰਗਤਾਂ ਦੇ ਤਿਲ ਫੁੱਲ ਦਰਗਾਹੇ ਪ੍ਰਵਾਨ ਕਰਨੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਸੇਵਕ ਪਰਿਵਾਰ ਨੂੰ ਕੜਾਹ ਪ੍ਰਸ਼ਾਦ ਦੇ ਦੇਵ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਏ ਕੜਾਹ ਪ੍ਰਸ਼ਾਦ ਦੇ ਦੇਵ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਛਕੇ ਸਰ ਤੋਂ ਬੈਰ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਰੋ ਕਿਰਪਾ ਬਖਸ਼ੋ ਹੁਕਮਨਾਮਾ, ਹੁਕਮਨਾਮੇ ਪ੍ਰਚਲਨ ਦੇ ਬਾਰਿਸ਼ ਕਰਨਾ, ਸਿੱਖ ਸੰਗਤਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਮਨੋਹਣ, ਸਹੀ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਾਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗੇ ਬੋਲੇ
ਜਗਜੀਤ ਸਿੰਘ ਜੀ ਉਸ ਤੋਂ ਪਹਿਲਾਂ
ਪਿਤਾ ਜੀ ਮੰਗਤ ਸਿੰਘ ਜੀ ਗੁਰੂ ਘਰ ਦੀ ਸੇਵਾ ਕਰਦੇ ਰਹਿੰਦੇ, ਉਹਨਾਂ ਦੀ ਬਰਕਾ ਕਾਫੀ ਚਿਰ ਤੋਂ ਔਰ ਕੁਛ ਸਮਾਂ ਗਿਆ ਪਿਆ ਤੇ ਉਹਨਾਂ ਦੇ ਸਰੀਰ ਛੱਡਿਆ। ਇਸੇ ਤਰ੍ਹਾਂ ਵੀਰ ਜਗਜੀਤ ਸਿੰਘ ਜੀ ਰੋਜ਼ ਰਾਤ ਦੇ ਟਾਈਮ ਸੋਲਾ ਸਾਹਿਬ ਦੇ ਪਾਠ ਤੋਂ ਬਾਅਦ ਗੁਰਮਾਹੀ ਦੇ ਬਾਬਾ ਸਰੂਪ ਦੇ ਉਹਨਾਂ ਦੀ ਬਰਕਾ ਕਰਦੇ ਰਹਿੰਦੇ। ਇੱਕ ਦਿਨ ਦਾ ਹੀ ਗੈਪ ਪਿਆ ਹੈ, ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਅਕਾਲ ਚਲਾਣਾ ਕਰ ਗਏ ਨੇ, ਮਿੰਟਾਂ ਸਕਿੰਟਾਂ ਵਿੱਚ ਹੀ ਜਾਣਾ ਹੋਇਆ ਹੈ। ਜਾਣਾ ਤਾਂ ਸਭ ਨੇ ਹੀ ਹੈ, ਪਰ ਇਸ ਤਰ੍ਹਾਂ ਦਾ ਜਾਣਾ ਬਹੁਤ ਘੱਟ ਪੁਰਸ਼ਾਂ ਦਾ ਹੁੰਦਾ ਹੈ, ਉਹ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਣ। ਸੋ ਹੁਣ ਬੁਲਾਰੇ ਬਹੁਤ ਆਏ ਨੇ, ਉਹ ਸੰਤਾਂ ਨੂੰ ਬੇਨਤੀ ਬਹੁਤ ਆਸਾਨ ਨਹੀਂ ਲੈਣਾ। ਸੋ ਮੈਂ ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਜੀ ਨੂੰ ਬੇਨਤੀ ਕਰਾਂ, ਦੋ ਮਿੰਟ ਆ ਜਾਣ, ਉਸ ਤੋਂ ਬਾਅਦ ਗਾਵੀਏ ਜੀ ਨੇ ਸੰਤਾਂ ਦਾ ਧੰਨਵਾਦ ਹੀ ਕਰਨਾ ਹੈ। ਤੋ ਗੁਰਦੁਆਰਾ ਸਿੰਘ ਸਭਾ ਮਾਈ ਗੰਦ ਕੌਰ ਵੱਲੋਂ ਜਸਵਿੰਦਰ ਸਿੰਘ ਜੀ ਅਸਰ ਪ੍ਰਧਾਨ ਸਾਹਿਬ ਉਹਨਾਂ ਨੇ ਵੀ ਦਸਤਾਰ ਦੇਣੀ ਪਰਿਵਾਰ ਨੂੰ। ਆਓ ਦੋ ਮਿੰਟ ਪਹਿਲਾਂ ਬਾਬਾ ਅਜੀਤ ਸਿੰਘ ਜੀ ਤਿਉਂ ਗੁਰ ਕਾ ਸ਼ਬਦ ਮਨੇ ਅਸਥਮ
ਭਾਈ ਸਾਹਿਬ ਜੀ ਨੇ ਗੁਰਬਾਣੀ ਗੁਰ ਸ਼ਬਦ ਅਰੈਨ ਕਰਕੇ ਸਾਡੇ ਜਿੰਦੇ ਡੋਲਦੇ ਹੋਏ ਮਨਾਂ ਨੂੰ ਧਾਰਸ ਦੇ ਮਹੀਨੇ ਤੱਕ ਕੀਤਾ। ਆਪਾਂ ਨੀਤਾ ਪ੍ਰਤੀ ਗ੍ਰਿਸ ਵਿੱਚ ਵਿਚਰਦਿਆਂ ਹੋਇਆਂ ਦੇਖਦੇ ਹਾਂ ਕਿ ਇੱਕ ਇਨਸਾਨ ਦੂਸਰੇ ਦੇ ਕੰਮ ਆਉਂਦਾ, ਦਰਜਨਾਂ ਟਾਈਮ ਉਸਦਾ ਇਸਤੇਮਾਲ ਕਰਨ ਵਾਸਤੇ ਚਾਹੀਦਾ। 84 ਲੱਖ ਜੂਨਾਂ ਨੇ ਜਿਸ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਬੜੀ ਮਦਦ ਤੋਂ ਬਾਅਦ ਸਾਨੂੰ ਨਿਸ਼ਾ ਦੀ ਪ੍ਰਾਪਤ ਹੋਈ। ਭਈ ਪ੍ਰਾਪਤ ਮਾਨ ਖੁਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆਪਣੇ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਪਾ ਕੇ ਹੋਣਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਾਨੂੰ ਸੋਝੀ ਬਖਸ਼ਿਸ਼ ਕੀਤੀ ਕਿ ਬੁਰਾ ਅਤੇ ਭਲਾ ਕੀ ਹੈ, ਭਲਾ ਅਤੇ ਬੁਰਾ ਕੀ ਹੈ। ਜੇ ਸਾਨੂੰ ਸਮਝ ਵੀ ਆਉਂਦੀ ਹੈ ਸਭ ਤੋਂ ਉੱਤਮ ਜਨ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਉਸਦੇ ਦਿੱਤੇ ਹੋਏ ਸਮੇਂ ਵਿੱਚੋਂ ਕੁਛ ਨਾ ਕੁਛ ਸਮਾਂ ਕਰਕੇ ਉਸਦੀ ਆਰਾਧਨਾ ਕਰੀਏ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੰਦ ਸਤਿਗੁਰੂ ਕੋਲ ਪੈਂਡਾ ਆ ਗਏ ਹੋਏ। ਆਪਾਂ ਯਤਨ ਰਹੀਏ, ਜੇ ਆਪਾਂ ਦਿੱਲੀ ਜਾਣਾ ਪਹਿਲੇ ਆਪਾਂ ਟਿਕਟ ਖਰੀਦਾਂਗੇ, ਫਿਰ ਰਾਜਪੁਰਾ ਹੋਊਗਾ, ਫਿਰ ਜਾ ਕੇ ਦਿੱਲੀ ਆਉਂਗੇ। ਆਪਾਂ ਯਤਨ ਕਰੀਏ ਜਿੰਨਾ ਕੁ ਸਾਨੂੰ ਆਉਂਦਾ, 5-10-15-20 ਮਿੰਟ ਆਪਾਂ ਟਾਈਮ ਕਰੀਏ, ਹੋ ਸਕਦਾ ਸਾਨੂੰ ਬਖਸ਼ਿਸ਼ ਕਰਦੇ ਸਾਡੀ ਝੋਲੀ ਵਿੱਚ ਐਸਾ ਖੈਰ ਪਾ ਜਾਏ। ਵਿਸਰ ਨਾ ਹੀ ਬਤਾਰ ਆਪਣਾ ਨਾਮ ਦਿਓ, ਗੁਣਗਾਵਾਂ ਦੇ ਔਲਾਦ ਨਾਮ ਚਾਹੋ। ਐਸੀ ਸਥਿਤੀ ਬਣਦੀ ਹੈ ਜਦੋਂ ਆਪਾਂ ਚਰਨ ਸ਼ਰਨ ਏਕ ਪੈਂਡਾ ਜਾਏ ਤਾਂ ਸਤਿਗੁਰੂ ਕੋਲ ਪੈਂਡਾ ਆ ਗਈ। ਗੁਰਬਾਣੀ ਜਗ੍ਹਾ ਜਗ੍ਹਾ 'ਤੇ ਸਾਨੂੰ ਜਾਗਰੂਕ ਕਰਦੀ ਹੈ ਅਤੇ ਅੱਜ ਆਪਾਂ ਉਸ ਮਿੱਤਰ ਪਿਆਰੇ ਲਈ ਅਰਦਾਸ ਬੇਨਤੀ ਜੋਲੜੀ ਕੀਤੀ ਹੈ ਸਤਿਗੁਰੂ ਦੇ ਚਰਨਾਂ ਵਿੱਚ। ਕਈ ਗੱਲਾਂ ਇਨਸਾਨ ਜਾਣ ਕੇ ਕਰਦਾ, ਕਈ ਸੁਭਾਵਿਕ ਸਿੱਖਤ ਹੋ ਜਾਂਦੀਆਂ ਨੇ। ਕੀਤਾ ਕਰਨਾ ਸਰਬਜਾਈ ਕੁਛ ਕੀਤੇ ਦੇ ਕਰ ਸਕੀਏ, ਆਪਣਾ ਕੀਤਾ ਕਿਸੇ ਨਾ ਜੋ ਹਰ ਭਾਵੇਂ ਤੋਂ ਬੈਠੇ ਮੈਂ ਹਾਰ ਜਿਓ ਸਭ ਤੋਂ ਤੇਰੇ ਬਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਥ ਹੈ ਜਿਉਂ ਭਾਵ ਹੈ ਤਿਵੇਂ ਬਸ। ਇਹ ਅਰਦਾਸ ਸੰਕੀ ਰੂਪ ਵਿੱਚ ਆਪਾਂ ਸਾਰਿਆਂ ਨੇ ਕੀਤੀ ਹੈ। ਸਤਿਗੁਰੂ ਬਖਸ਼ਿਸ਼ ਕਰ ਮੇਰ ਕਰਨ, ਕਿਉਂਕਿ ਆਪਾਂ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਦਾ ਸਦਾ ਹੀ ਧਰਮੀ ਜਿਹੜਾ ਉਹ ਸ਼ਿੰਗਾਰ ਹੈ। ਧਰਮੀ ਕਹੀ ਹੈ ਜਿੱਥੇ ਆਪਾਂ ਨਤਮਸਤਕ ਹੋ ਰਹੇ ਹਾਂ, ਇਹਨਾਂ 'ਚ ਉਹਨਾਂ ਲੋਕਾਂ ਦੀ ਬਾਣੀ ਦਰਜ ਹੈ ਜਿਹਨਾਂ ਨੂੰ ਆਪਾਂ ਸ਼ੂਦਰ ਕਹਿੰਦੇ ਹਾਂ, ਜਿਹਨਾਂ ਤੋਂ ਆਪਾਂ ਦੂਰ ਰੱਖਦੇ ਹਾਂ। ਪਰ ਨਤਮਸਤਕ ਇੱਥੇ ਹੋ ਕੇ ਸਾਰੀਆਂ ਦਾਤਾਂ ਮੰਗਦੇ ਹਾਂ ਕਿ ਅੱਜ ਸਾਨੂੰ ਇਹ ਜਿਹੜੀਆਂ ਗੱਲਾਂ ਨੇ ਅਰਦਾਸ ਬੇਨਤੀ ਜੋਲੜੀ ਉਸ ਗੈਬ ਗੀਤ ਵਾਸਤੇ, ਇਹ ਜਿਹੜੀਆਂ ਗੱਲਾਂ ਨੇ ਇਹ ਸਾਡੇ ਵਾਸਤੇ ਆ ਕਿ ਆਉਣ ਵਾਲੇ ਘਰ ਵਿੱਚ ਯਤਨ ਕਰੀਏ ਤਾਂ ਜੋ ਸਤਿਗੁਰੂ ਬਖਸ਼ਿਸ਼ ਕਰੇ, ਸਾਡਾ ਆਉਣ ਜਾਣ ਦਾ ਜਿਹੜਾ ਚੱਕਰ ਹੈ ਉਸ ਤੋਂ ਆਪਾਂ ਮੁਕਤ ਹੋ ਸਕੀਏ। ਸ਼ਹਿਰ ਦੀਆਂ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਦੇ ਮੁਖੀ ਸਮਾਜ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਉਸ ਵਿਛੜੇ ਹੋਏ ਦੋਸਤ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਵਾਸਤੇ ਆਏ ਨੇ। ਤਾਂ ਸਾਰਿਆਂ ਪਾਸੋਂ ਖਿਮਾ ਚੱਲਦਾ ਹੋਇਆ ਸਿਮਰ ਕੇ ਬੇਨਤੀ ਕਰਨਾ,
ਜਥੇਦਾਰ ਹੀਰਾ ਸਿੰਘ ਜੀ ਗਾਂਧੀਆ ਨੂੰ, ਉਹ ਪਰਿਵਾਰਕ ਮੈਂਬਰ ਨੇ, ਉਹ ਆ ਕੇ ਪਰਿਵਾਰ ਵੱਲੋਂ ਸੰਤਾਂ ਦਾ ਧੰਨਵਾਦ ਕਰਨ, ਕਿਉਂਕਿ ਪਰਿਵਾਰ ਦੇ ਮੁਖੀ ਸੀ ਬਹੁਤ ਇਸ ਕਾਰਨ ਸਵਾਲ ਮੰਗਲ ਸਿੰਘ ਜੀ ਸਾਡੇ ਬਜ਼ੁਰਗ। ਉਸ ਤੋਂ ਬਾਅਦ ਸਾਡੀ ਅਗਵਾਈ ਕਰਦੇ ਨੇ ਜਥੇਦਾਰ ਹੀਰਾ ਸਿੰਘ ਜੀ ਗਾਂਧੀਆ, ਤਾਂ ਉਹਨਾਂ ਨੂੰ ਬੇਨਤੀ ਹੈ ਪਰਿਵਾਰ ਵੱਲੋਂ ਆ ਕੇ ਸੁਖੀਆਂ ਸੰਤਾਂ ਦਾ ਧੰਨਵਾਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹੋ ਕੇ ਆਪਣੇ ਰੰਗੇ ਸੱਜਣ ਹਰ ਇੱਕ ਨੂੰ ਪਿਆਰ ਕਰਨ ਵਾਲੇ, ਹਰ ਇੱਕ ਤੋਂ ਪਿਆਰ ਲੈਣ ਵਾਲੇ ਸਰਦਾਰ ਜਗਜੀਤ ਸਿੰਘ ਜੀ ਗੁਜਰਾਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਸਮੁੱਚੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਨ ਵਾਸਤੇ ਤੇ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਆਈ ਗੁਰੂ ਪਿਆਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸੰਸਾਰ ਫਾਨੀ ਹੈ, ਸੰਸਾਰ ਇੱਕ ਮੁਸਾਫਰਖਾਨਾ ਹੈ। ਗੁਰੂ ਸਾਹਿਬ ਵੀ ਫਰਮਾਉਂਦੇ ਨੇ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰ ਹਜ਼ਾਰਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਰੋਹੇ ਪ੍ਰਾਣੀ ਇਸ ਸੰਸਾਰ 'ਤੇ ਆਉਂਦੇ ਨੇ, ਲੱਖਾਂ ਦੀ ਤਾਦਾਦ ਵਿੱਚ ਤੁਰੇ ਹੈ, ਪਰ ਘੱਟ ਵਿਅਕਤੀ ਆਉਂਦੇ ਨੇ ਜਿਹੜੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਕੋਈ ਸਮਾਜਿਕ ਜ਼ਿੰਮੇਵਾਰੀਆਂ, ਕੋਈ ਧਾਰਮਿਕ ਜ਼ਿੰਮੇਵਾਰੀਆਂ ਨਿਭਾ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਕੇ ਜਾਂਦੇ ਨੇ। ਸਰਦਾਰ ਜਗਜੀਤ ਸਿੰਘ ਜੀ, ਜਦੋਂ ਮੈਂ ਉਹਨਾਂ ਦਾ ਜੀਵਨ ਵੇਖਦਾ ਜਾਂ ਉਹਨਾਂ ਦੇ ਪਿਤਾ ਦਾ ਮੰਗਲ ਸਿੰਘ ਸਟੇਸ਼ਨ ਦੇ ਬਾਹਰ ਦੁਕਾਨ ਸੀ, ਜੇ ਅਸੀਂ 12 ਵਜੇ ਗਏ ਤਾਂ ਵੀ ਉਹਨਾਂ ਦੇ ਹੱਥ ਗੁਰਕਾ ਹੁੰਦਾ ਸੀ, ਜੇ ਸ਼ਾਮ ਦੇ 4 ਵਜੇ ਗਏ ਤਾਂ ਵੀ ਉਹਦੇ ਹੱਥ ਗੁਰਬਾਣੀ ਦਾ ਗੁਰਕਾ। ਹਰ ਵੇਲੇ ਗੁਰੂ ਦਾ ਜਾਪ ਕਰਨਾ, ਗੁਰੂ ਦਾ ਸ਼ੁਕਰਾਨਾ ਕਰਨਾ ਤੇ ਉਹਨਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਆਪਣਾ ਜੀਵਨ ਸ਼ੁਰੂ ਕੀਤਾ ਸਰਦਾਰ ਜਗਜੀਤ ਸਿੰਘ ਜੀ ਨੇ। ਜਿਹੜੀ ਗੁਰਤੀ ਵਿੱਚ ਸਿੱਖਿਆ ਮਿਲਦੀ ਹੈ ਉਹ ਹਮੇਸ਼ਾ ਹੀ ਅੰਤ ਤੱਕ ਮਨੁੱਖ ਦੇ ਨਾਲ ਜਾਂਦੀ ਹੈ ਤੇ ਸਰਦਾਰ ਜਗਜੀਤ ਸਿੰਘ ਜੀ ਹੁਣੇ ਜਿਹੜੇ ਭਾਈ ਸਾਹਿਬ ਦੱਸ ਕੇ ਗਏ ਨੇ ਕਿ ਇੱਕ ਨਾਗਾ ਪਿਆਰ ਸਤਿਗੁਰੂ ਘਰ ਇੱਕ ਨਾਗਾ, ਇਹਦਾ ਮਤਲਬ ਗੁਰੂ ਨਾਲ ਬਹੁਤ ਨੇੜਤਾ ਸੀ, ਬਹੁਤ ਨੇੜਤਾ। ਤੇ ਜਿੰਨੇ ਵੀ ਆਪਾਂ ਰਾਣੀ ਇੱਥੇ ਆਏ ਹਾਂ ਸਾਨੂੰ ਇੱਕੋ ਹੀ ਗੱਲ ਸਿੱਖ ਕੇ ਜਾਣੀ ਚਾਹੀਦੀ ਆ, ਗੁਰੂ ਨਾਲ ਨੇੜਤਾ ਬਣਾਉਣੀ ਆਉਣੀ ਚਾਹੀਦੀ। ਗੁਰੂ ਫਿਰ ਸਾਰੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਦਿੰਦੇ। ਇੱਥੇ ਜਾਤ ਪਾਤ ਦਾ ਮਤਲਬ ਨਹੀਂ ਹੈ, ਕਿਸੇ ਕਿਸੇ ਕੌਮ ਦਾ ਮਤਲਬ ਨਹੀਂ, ਕਿਸੇ ਧਰਮ ਦਾ ਮਤਲਬ ਨਹੀਂ ਹੈ। ਗੁਰੂ ਸਾਰਿਆਂ ਲਈ ਹਰ ਵੇਲੇ ਝੋਲੀਆਂ ਭਰਨ ਲਈ ਤਿਆਰ ਹੈ। ਜਦੋਂ ਅਸੀਂ ਅਕੀਦਾ ਬਣਾ ਕੇ ਆਉਂਦੇ ਹਾਂ ਮਨ ਦੀ ਵਸਤਾ ਉਹ ਜਿਹੀ ਬਣਾ ਲੈਂਦੇ ਹਾਂ। ਵਾਕਿਆ ਜੇ ਬਾਬਾ ਜੀ ਕਹਿ ਰਿਹਾ ਸੀ 84 ਲੱਖ ਜੁਰਮਾਂ ਨੇ, 84 ਲੱਖ ਜੁਰਮਾਂ ਦੇ ਉੱਤੇ ਕੋਈ ਇਨਸਾਨੀ ਜ਼ਿੰਦਗੀ ਹੈ ਸਰ ਜਿਹੜੀ ਆਪਣਾ ਸਵਾਰਨ ਵਾਸਤੇ ਸਾਨੂੰ ਮਿਲਦੀ ਹੈ, ਜਿਹੜੀ ਧਰਮ ਬਣਾਉਣ ਵਾਸਤੇ ਮਿਲਦੀ ਹੈ। ਪਰ ਕਈ ਵਾਰ ਮਨੁੱਖ ਦੇ ਮਨ 'ਚ ਭੇਖਾ ਉਹ ਧਨ ਕਮਾਉਂਦਾ ਚਲਾ ਜਾਂਦਾ, ਪਰ ਧਰਮ ਨਾਲ ਜਾਣ ਵਾਲੀ ਚੀਜ਼ ਨਹੀਂ। ਜੇ ਕਿਸੇ ਚੀਜ਼ ਨੇ ਜਾਣਾ ਤਾਂ ਉਹ ਧਰਮ ਹੈ,
ਪਹਿਲੀ ਤਾਂ ਸ਼ਾਹ ਸਿਕੰਦਰ ਵੀ ਕਹਿ ਗਿਆ, ਸ਼ਾਹ ਸਿਕੰਦਰ ਨੇ ਸਾਰੀ ਦੁਨੀਆਂ ਫਤਿਹ ਕੀਤੀ, ਸਾਰੀ ਦੁਨੀਆਂ ਦਾ ਧਨ ਵੀ ਇਕੱਠਾ ਕਰ ਲਿਆ, ਆਪਣੀਆਂ ਮਹਿਲ ਮਾੜੀਆਂ ਪੈਰ ਕਰ ਸਕਿਆ, ਪਰ ਜਿਹੜਾ ਉਹਦੇ ਮੌਤ ਦਾ ਕਾਰਨ ਹੈ, ਜਦੋਂ ਜਾਣ ਲੱਗਾ ਆਪਣੇ ਪਹਿਲਾਂ ਆਪਣੇ ਵੀਰਾਂ ਨੂੰ ਕਹਿਣ ਲੱਗਾ ਮੇਰੀ ਗੱਲ ਨੋਟ ਕਰੋ, ਕਹਿੰਦੇ ਮੈਂ ਚਲੇ ਜਾਣਾ, ਜਦੋਂ ਮੇਰਾ ਜਨਾਜ਼ਾ ਜਾਵੇ, ਜਦੋਂ ਮੇਰੀ ਅਰਥੀ ਚੁੱਕੀ ਜਾਵੇ, ਦੋਵੇਂ ਬਾਹਰ ਮੈਂ ਬਾਹਰ ਹੋਈਆਂ ਜਿਹੀਆਂ ਹੱਥ ਖੁੱਲ੍ਹੇ ਹੋਣੇ ਚਾਹੀਦੇ, ਉਹ ਕਹਿੰਦੇ ਕਰ ਨਹੀਂ ਸਕਦਾ, ਅੱਜ ਹੋਇਆ ਨਹੀਂ। ਸ਼ਾਹ ਸਿਕੰਦਰ ਕਹਿੰਦਾ ਮੈਂ ਬਾਦਸ਼ਾਹ, ਕਹਿੰਦੇ ਬਿਲਕੁਲ ਠੀਕ ਆ, ਕਹਿੰਦਾ ਮੇਰਾ ਹੁਕਮ ਮੰਨਣਾ ਬੋਲਦਾ, ਉਹ ਕਹਿ ਰਹੇ ਕਿ ਬਿਲਕੁਲ ਹੁਕਮ ਦੀ ਪਾਲਣਾ ਕਰਾਂਗੇ, ਪਰ ਤੁਸੀਂ ਕਰਨਾ ਜੋ ਚਾਹੁੰਦੇ ਸਾਡੇ ਸਵਾਲ ਬੜੇ ਹੋਣਗੇ। ਕਹਿੰਦਾ ਮੈਂ ਦੁਨੀਆਂ ਦਾ ਭੇਖਾ ਕੱਢਣਾ ਚਾਹੁੰਦਾ, ਇਹ ਦੁਨੀਆਂ ਦੇ ਲੋਕੋ, ਅਤੇ 84 ਲੱਖ ਜੂਨਾਂ ਦੇ ਵਿੱਚ ਇੱਕ ਇਨਸਾਨੀ ਜ਼ਿੰਦਗੀ ਹੈ, ਇਹ ਕੇਵਲ ਅਤੇ ਕੇਵਲ ਧਰਮ ਕਮਾਉਣ ਵਾਸਤੇ ਮਿਲੀ ਆ, ਅਤੇ ਮੈਂ ਧਰਮ ਕਮਾ ਨਹੀਂ ਸਕਿਆ, ਧਨ ਕਮਾਉਂਦਾ ਚਲਾ ਗਿਆ, ਧਨ ਦੇ ਨਾਲ ਅੱਜ ਮਹਿਲ ਮਾੜੀਆਂ ਭਰੀਆਂ ਨੇ, ਮੇਰਾ ਸਾਥ ਨਹੀਂ ਦੇ ਰਹੇ, ਜੇ ਕਿਤੇ ਮੈਂ ਧਨ ਕਮਾਇਆ ਹੁੰਦਾ ਮੇਰੇ ਨਾਲ ਜਾਂਦਾ, ਮੇਰਾ ਸਹਾਈ ਹੁੰਦਾ। ਅਤੇ ਇਸ ਪਰਿਵਾਰ ਦੀ ਜਦੋਂ ਚਾਦੀ ਮਾਰਦੇ ਹਾਂ, ਸਰਦਾਰ ਮੁਗਲ ਸਿੰਘ ਦਾ ਪਰਿਵਾਰ, ਸਰਦਾਰ ਜਗਜੀਤ ਸਿੰਘ ਅੰਮ੍ਰਿਤਸਰ ਦੇ ਵਿੱਚ ਨਹੀਂ, ਉਹ ਸਰੀਰਕ ਤੌਰ 'ਤੇ ਨਹੀਂ, ਪਰ ਉਹਨਾਂ ਦੇ ਕੀਤੇ ਹੋਏ ਕੰਮ ਹਮੇਸ਼ਾ ਸਾਨੂੰ ਪ੍ਰੇਰਨਾ ਦਿੰਦੇ ਰਹਿਣਗੇ, ਹਮੇਸ਼ਾ ਸਾਨੂੰ ਯਾਦ ਆਉਂਦੇ ਰਹਿਣਗੇ, ਹਮੇਸ਼ਾ ਹੀ ਉਹ ਸਰੀਰਕ ਤੌਰ 'ਤੇ ਗਏ ਕੰਮਾਂ ਕਰਕੇ ਹਮੇਸ਼ਾ ਜਿਉਂਦੇ ਰਹਿਣਗੇ। ਮੈਨੂੰ ਹੁਕਮ ਹੋਇਆ ਕਿ ਮੈਂ ਇਹ ਸਾਰੀ ਸੰਗਤ ਦਾ, ਕਿਉਂਕਿ ਦੁੱਖ ਵੇਲੇ ਕਿਸੇ ਦੁੱਖ ਸ਼ਰੀਕ ਹੋਈਏ ਲੋਕ ਘੱਟਦਾ, ਸਾਰੀ ਸੰਗਤ ਨੂੰ ਦੇ ਵਿੱਚ ਆਪਾਂ ਸਾਰੇ ਦੁੱਖ ਚਾਹੁਣ ਵਾਸਤੇ ਆਏ ਹਾਂ, ਗੁਰੂ ਅੱਗੇ ਅਰਦਾਸ ਕੀਤੀ ਆ, ਕੈਂਚਾ ਕਿਰਪਾ ਕਰਨੀ, ਉਹਨਾਂ ਨੂੰ ਆਪਣੇ ਚਰਨਾਂ 'ਚ ਮਾਰ ਦੇਣਾ, ਪਿੱਛੇ ਪਰਿਵਾਰ ਨੂੰ, ਸਾਰ ਸੰਬੰਧੀਆਂ ਨੂੰ, ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਖਸ਼ਣਾ, ਫਿਰ ਆਈਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਿੰਘ ਜੱਸ ਜੀ ਨੂੰ। ਸੋ ਹੁਣ ਬੇਨਤੀ ਹੈ, ਬੇਸਮੈਂਟ ਥੱਲੇ ਲੰਗਰ ਤਿਆਰ ਹੈ, ਔਰ ਜਿਹਨਾਂ ਸੰਗਤਾਂ ਨੇ ਲੰਗਰ ਨਹੀਂ ਛਕਿਆ ਥੱਲੇ ਲੰਗਰ ਛਕੋ, ਚਾਹ ਦਾ ਲੰਗਰ ਵੀ ਤਿਆਰ ਹੈ, ਸਭ ਨੇ ਸ਼ਾਮਿਲ ਤੇ ਆਉਣਾ ਜੀ। ਫਿਰ ਦੁਬਾਰਾ ਪਰਿਵਾਰ ਜਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੇ ਵਰਤੇ ਵੀ ਦੋ ਚਾਰ ਸੇ ਹੋਰ ਉੱਠ ਜਾਣ, ਪਿੱਛੇ ਤੋਂ ਸ਼ੁਰੂ ਕਰਦੇ ਵੀ ਉੱਥੇ ਤਰ੍ਹਾਂ ਦੀ ਕਿਤਾਬ ਆਖਰੀ ਜੋ ਗੁਰੂ ਗੋਬਿੰਦ ਸਿੰਘ ਨੇ ਉੱਥੇ ਕੀਤਾ, ਭਾਈ ਮਾਨਾ ਸਿੰਘ ਨੂੰ ਬਖਸ਼ਿਆ ਤੇ ਗੁਰੂ ਸਾਹਿਬਾਨ ਨੂੰ ਰੋਟੀ ਗੰਢਣ ਕਿਹਾ ਗਿਆ।